ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸਰ ਜੀ ਠੀਕ ਠਾਕ ਜੀ? ਆਪਾਂ ਵੀ ਵਧੀਆ। ਅਤੇ ਗੱਲ ਇੱਦਾਂ ਆ ਜੀ ਕਿ ਨਵੀਂ ਵੀਡੀਓ ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ, ਅਤੇ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਨਵੀਂ ਵੀਡੀਓ ਕਿੱਦਾਂ ਦੀ ਲੱਗੀ ਆ, ਅਤੇ ਜਿੱਦਾਂ ਕਿ ਇਹ ਤੁਹਾਨੂੰ ਦੱਸਿਆ ਸੀਗਾ ਕਿ ਸਟੋਰੀ ਕਿਸ ਬਾਰੇ ਆ, ਅਤੇ ਇਸ ਕਰਕੇ ਸਟੋਰੀ ਵੀਡੀਓ ਬਣਾਉਣੀ ਜੋ ਉਹਦੇ ਵਿੱਚ ਚੀਜ਼ਾਂ ਸੀਗੀਆਂ ਉਹਨਾਂ ਤੋਂ ਇੰਸਪੀਰੇਸ਼ਨ ਲੈ ਕੇ ਕਿੱਦਾਂ ਕਿੱਦਾਂ ਅਸੀਂ ਵੀਡੀਓ ਬਣਾਈ, ਅਤੇ ਥੋੜ੍ਹਾ ਔਖਾ ਵੀ ਸੀਗਾ ਕੰਮ, ਬਟ ਫਿਰ ਵੀ ਅਸੀਂ ਉੱਦਾਂ ਵੀ ਕਿਸੇ ਦੀਆਂ ਇੰਸਪੀਰੇਸ਼ਨ ਨਾਲ ਸਟੋਰੀਜ਼ ਜਿਹੜੀਆਂ ਹੁੰਦੀਆਂ ਨੇ ਉਹ ਵੀ ਤਾਂ ਲਈ ਨਹੀਂ ਆ, ਅਤੇ ਚਲੋ ਅਸੀਂ ਸੋਚਿਆ ਕਿ ਕਦੀ ਵੀ ਟਰਾਈ ਕਰਦੇ ਹਾਂ। ਅਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ। ਦੂਜੇ ਨੰਬਰ 'ਤੇ ਇਹ ਜਿਹੜੀ ਵੀਡੀਓ ਅਧੂਰਾ ਸੋ ਆ ਗਿਆ ਉਹ ਵੀ ਅਸੀਂ ਅਪਲੋਡ ਕੀਤੀ ਅੱਜ, ਅੱਜ ਅਪਲੋਡ ਹੋਈ ਆ, ਅਤੇ ਸਾਰੇ ਜਣੇ ਦੇਖਿਓ ਜ਼ਰੂਰ ਅਤੇ ਸਾਨੂੰ ਦੱਸਿਓ ਕਿੱਦਾਂ ਦੀ ਲੱਗੀ ਆ। ਸਾਰੇ ਜਣੇ ਵੀਡੀਓ ਬਣਾ ਰਹੇ ਸੀਗੇ ਉਦੋਂ ਵੀ ਮਤਲਬ ਕਿ ਆਈ ਥਿੰਕ 33 ਤੋਂ 35 ਦੇ ਭਾਗ ਵਿੱਚ ਜਦੋਂ ਲਵਲੀ ਭਾਜੀ ਦਾ ਉਹ ਵਾਲਾ ਸੀਨ ਸੀਗਾ ਡੈਥ ਵਾਲਾ, ਅਤੇ ਉਦੋਂ ਵੀ ਸਾਰੇ ਜਣੇ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਸੀਗੇ। ਸਾਰੇ ਜਣੇ ਕਹਿੰਦੇ ਵੀ ਨਾ ਇਹ ਚੀਜ਼ ਮਤਲਬ ਤੁਸੀਂ ਦਿਖਾਇਓ, ਹੁਣ ਕੁਛ ਚੀਜ਼ਾਂ ਇਹ ਵੀ ਵਿੱਚ ਹੋਣੀ ਆ ਕਿ ਦੈਟ ਕਲੀਅਰ ਹੈ ਨਾ, ਸਾਰਾ ਨਹੀਂ ਦਿਖਾਇਆ ਗਿਆ ਉਹਦੇ ਵਿੱਚ, ਇਸੇ ਕਰਕੇ ਨਹੀਂ ਵਿਖਾਇਆ ਗਿਆ ਕਿਉਂਕਿ ਇਹ ਜੇ ਬਹੁਤ ਜ਼ਿਆਦਾ ਡੀਪੀ ਜਾਂਦੇ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਨਾ ਬੰਦਾ ਇਮੋਸ਼ਨਲ ਔਖਾ ਹੁੰਦਾ, ਫਿਰ ਮਤਲਬ ਤੁਹਾਨੂੰ ਵੀ ਵੇਖਣ ਨੂੰ ਔਖਾ ਲੱਗਦਾ ਆ। ਸੋ ਤੁਸੀਂ ਸਾਰੇ ਜਣੇ ਜਿੱਦਾਂ ਸਾਨੂੰ ਪਹਿਲਾਂ ਪਿਆਰ ਦਿੰਦੇ ਸੀ ਉਵੇਂ ਹੀ ਪਿਆਰ ਦਿੰਦੇ ਰਹੋ ਤਾਂ ਕਿ ਸਾਨੂੰ ਹੋਰ ਸਪੋਰਟ ਮਿਲੇ। ਇਸ ਕਰਕੇ ਅਸੀਂ ਵੀਡੀਓ ਦੀ ਥੋੜ੍ਹੀ ਲੈ ਜਿਹੜੀ ਆ ਉਹ ਥੋੜ੍ਹੀ ਲਾਈਟ ਹਾਰਟਡ ਰੱਖਦੇ ਹਾਂ, ਅਤੇ ਜਿਹੜੀ ਬਹੁਤੀ ਸੀਰੀਅਸ ਮਤਲਬ ਸੀਰੀਅਸ ਵੈਸੇ ਹੋ ਹੀ ਜਾਂਦੀ ਆ, ਬਟ ਇੰਨੀ ਜ਼ਿਆਦਾ ਵੀ ਨਾ ਹੋਵੇ ਵੀ ਜਿਹੜੀ ਹੈ ਨਾ ਕੋਈ ਦੇਖੀ ਨਾ। ਸਾਡੇ ਜਿਹੜੇ ਲੇਡੀਜ਼ ਨੇ ਉਹਨਾਂ ਤੋਂ ਮਤਲਬ ਔਖਾ ਹੁੰਦਾ ਹੈ ਇਹ ਚੀਜ਼। ਅਸੀਂ ਆਪ ਵੀ ਜਦੋਂ ਵੀਡੀਓਜ਼ ਦੇਖਦੇ ਹਾਂ ਜਾਂ ਬਣਾਉਂਦੇ ਹਾਂ, ਜਦੋਂ ਮਤਲਬ ਈਵਨ ਕਿ ਅਸੀਂ ਹੁਣ ਬਣਾਉਂਦੇ ਵੀ ਆ ਨਾ ਤਾਂ ਸਾਨੂੰ ਆਪ ਦੇਖਣ 'ਚ ਬੜਾ ਲੱਗਦਾ ਕਰਦੇ ਆ, ਅਤੇ ਬੜੇ ਇਮੋਸ਼ਨਲ ਹੋ ਜਾਂਦੇ ਆ ਸੀਨ ਕਰਦੇ ਕਰਦੇ, ਅਤੇ ਮਤਲਬ ਅੱਗੇ ਮਤਲਬ ਇਮੋਸ਼ਨਲ ਕਰਨ ਵਾਸਤੇ ਬੰਦੇ ਨੂੰ ਨਾ ਸਾਨੂੰ ਪਿਆਸ ਦੀ ਲੋੜ ਪੈਂਦੀ ਹੁਣ ਨਹੀਂ, ਮਤਲਬ ਇਹਦੇ ਵਿੱਚ ਨਹੀਂ ਲੋੜ ਪੈਂਦੀ, ਮਤਲਬ ਉਦਾਂ ਵੀ ਸਟੋਰੀ ਬਹੁਤ ਜ਼ਿਆਦਾ ਇਮੋਸ਼ਨਲ ਆ, ਬਹੁਤ ਜ਼ਿਆਦਾ। ਸਾਰੇ ਜਣੇ ਬਹੁਤ ਬਹੁਤ ਸਾਰਾ ਪਿਆਰ ਦਿਓ ਤਾਂ ਜੋ ਅੱਗੇ ਵੀ ਜਿਹੜੀਆਂ ਨਿੱਕੀਆਂ ਮੋਟੀਆਂ ਸਾਡੇ ਤੋਂ ਗਲਤੀਆਂ ਰਹਿ ਜਾਂਦੀਆਂ ਨੇ ਜਾਂ ਹੋ ਜਾਂਦੀਆਂ ਨੇ ਸਾਨੂੰ ਉਹਨਾਂ ਬਾਰੇ ਦੱਸਦੇ ਰਿਹਾ ਕਰੋ ਤਾਂ ਜੋ ਹੈ ਨਾ ਅਸੀਂ। ਅਤੇ ਇੱਕ ਗੱਲ ਹੋਰ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਸਟੋਰੀ ਜਿਹੜੀ ਆ ਅਨਮੋਲ ਤੋਂ ਇੰਸਪਾਇਰਡ ਆ, ਅਤੇ ਇਸ ਕਰਕੇ ਇਹਦੇ ਵਿੱਚ ਅੱਗੇ ਅੱਗੇ ਜਿਹੜੀਆਂ ਚੀਜ਼ਾਂ ਆਉਣੀਆਂ ਨੇ ਫਿਰ ਕਿੱਦਾਂ ਮਤਲਬ ਸਾਰਾ ਕੁਝ ਜੋ ਵੀ ਅੱਗੇ ਉਹਦੇ ਨਾਲ ਹੋਇਆ ਆ। ਮਤਲਬ ਸਾਨੂੰ ਕਾਫੀ ਸਾਰੇ ਕਮੈਂਟ ਪਹਿਲੇ ਆਉਂਦੇ ਸੀ ਕਿ ਤੁਸੀਂ ਅਨਮੋਲ ਦੇ ਕੀ ਲੱਗਦੇ ਹੋ, ਉਹ ਤੁਹਾਨੂੰ ਮੰਮੀ ਪਾਪਾ ਕਿਉਂ ਕਹਿੰਦਾ ਆ, ਉਹਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ, ਕਿਵੇਂ ਐਂਡ ਤੱਕ ਜਾਂਦੀ ਹੈ, ਉਹ ਕਿਵੇਂ ਰਹਿੰਦਾ ਆ, ਹੈ ਨਾ ਇਹ ਸਾਰੀਆਂ ਚੀਜ਼ਾਂ ਮਤਲਬ ਕਾਫੀ ਸਾਰੇ ਕਨਫਿਊਜ਼ ਸੀਗੇ ਵੀ ਕਿੱਦਾਂ ਹੈ ਨਾ ਤੁਸੀਂ ਦੱਸਦੇ ਕਿਉਂ ਨਹੀਂ ਹੋ ਕਰਕੇ ਜਿਹੜੀਆਂ ਨਿੱਕੇ ਨਿੱਕੇ ਸਵਾਲ ਸੀ ਉਹ ਫਿਰ ਸਾਨੂੰ ਵੀ ਚੰਗਾ ਨਹੀਂ ਲੱਗਦਾ ਜੇ ਸਾਡੇ ਤੋਂ ਰਿਪਲਾਈ ਨਹੀਂ ਹੁੰਦਾ। ਸੋ ਫਿਰ ਅਸੀਂ ਸਲਾਹ ਕੀਤੀ ਵੀ ਇੱਕ ਸਟੋਰੀ ਹੈ ਨਾ ਨਿੱਕੀ ਜਿਹੀ ਕੋਸ਼ਿਸ਼ ਕਰੀਏ ਤਾਂ ਜੋ ਮਤਲਬ ਸਾਰਿਆਂ ਦੇ ਕੁਐਸਚਨ ਜਿਹੜੇ ਆ ਉਹ ਹੱਲ ਹੋ ਜਾਣ ਅਤੇ ਸਾਰਿਆਂ ਨੂੰ ਪਤਾ। ਉਦਾਂ ਅਸੀਂ ਵੀਡੀਓ ਜਦੋਂ ਬਣਾਉਂਦੇ ਹਾਂ ਤਾਂ ਉਦੋਂ ਮਤਲਬ ਥੋੜ੍ਹਾ ਬਹੁਤ ਵਧੀਆ ਉੱਥੇ ਮਾਹੌਲ ਹੁੰਦਾ ਵਾ ਕਿ ਬੜਾ ਬੜਾ ਫਨੀ ਜਿਹਾ, ਜਿੱਦਾਂ ਲਵਲੀ ਭਾਜੀ ਟਾਫੀਆਂ ਲੈ ਕੇ ਆਏ ਸੀਗੇ ਉਹ ਅਸੀਂ ਲਾਸਟ 'ਤੇ ਲਾ ਦਾਂਗੇ ਅਤੇ ਉਹ ਵੀ ਤੁਸੀਂ ਦੇਖਿਓ, ਅਤੇ ਮਤਲਬ ਉਦੋਂ ਮਾਹੌਲ ਬੜਾ ਵਧੀਆ ਹੁੰਦਾ ਵਾ। ਬਟ ਜੋ ਚੀਜ਼ ਅਸੀਂ ਬਣਾਉਣੀ ਚਾਹੁੰਦੇ ਹਾਂ ਅਤੇ ਮਤਲਬ ਜਿੱਦਾਂ ਹੁਣ ਅਸੀਂ ਮੰਨ ਲਓ ਕੋਈ ਅਗਰ ਕੋਈ ਮਾੜਾ ਸੀਨ ਕਰਦਾ ਵਾ ਅਤੇ ਸਾਨੂੰ ਉਹਨੂੰ ਵੇਖ ਵੇਖ ਕੇ ਗੁੱਸਾ ਆਉਂਦਾ ਵਾ, ਅਗਰ ਕੋਈ ਇਮੋਸ਼ਨਲ ਹੁੰਦਾ ਤਾਂ ਸਾਨੂੰ ਮਤਲਬ ਮਨ ਦੁਖੀ ਹੁੰਦਾ ਵਾ, ਅਤੇ ਇਹੋ ਹੀ ਐਕਚੁਅਲੀ ਅਸਲ ਦੇ ਵਿੱਚ ਇਹੋ ਹੀ ਐਕਟ ਵਾ ਸਾਡਾ ਜਿਹੜਾ ਅਸੀਂ ਕਰਦੇ ਹਾਂ ਅਤੇ ਜਿਹੜਾ ਤੁਹਾਨੂੰ ਪਸੰਦ ਆਉਂਦਾ। ਸਵਾਲ ਇਹ ਆਇਆ ਸੀ ਵੀ ਜਿਹੜੇ ਰੋਲ ਕਰ ਰਹੀ ਨੇ ਅਨਮੋਲ ਦੀ ਮਦਰ ਦਾ ਉਹ ਅਨਮੋਲ ਦੇ ਮਾਸੀ ਜੀ ਨੇ? ਨਹੀਂ ਜੀ, ਉਹ ਮਾਸੀ ਜੀ ਨਹੀਂ ਅਨਮੋਲ ਦੇ, ਉਹ ਵੈਸੇ ਹੀ ਉਹਨਾਂ ਨੇ ਤੁਹਾਡੀ ਇੰਟਰੋਡਕਸ਼ਨ ਕਰਾਵਾਂਗੇ ਥੋੜ੍ਹੇ ਕੁ ਦਿਨਾਂ ਤੱਕ, ਜੇ ਥੋੜ੍ਹਾ ਜਿਹਾ ਚੱਕਦੇ ਨੇ ਇਕੱਲੇ ਬੋਲਣ ਤੋਂ ਫਿਰ ਥੋੜ੍ਹੇ ਕੁ ਦਿਨਾਂ ਤੱਕ ਤੁਹਾਨੂੰ ਸਾਰਿਆਂ ਨੂੰ ਉਹਨਾਂ ਨਾਲ ਵੀ ਮਿਲਾਵਾਂਗੇ, ਬਟ ਇਹ ਆ ਵੀ ਉਹ ਥੋੜ੍ਹਾ ਮੇਰੇ ਨਾਲ ਵੀ ਰਲਦਾ ਵਾ ਅਤੇ ਥੋੜ੍ਹਾ ਉਹਨਾਂ ਨਾਲ ਵੀ ਰਲਦਾ ਵਾ, ਰਲਿਆ ਮਿਲਿਆ ਜਿਹਾ ਨਾ। ਅਤੇ ਠੀਕ ਆ ਜੀ, ਬਸ ਇੰਨੀਆਂ ਗੱਲਾਂ ਦੇ ਨਾਲ ਹੀ ਮਿਲਾਂਗੇ ਹੁਣ ਤੁਹਾਨੂੰ ਅਗਲੇ ਵਲੋਗ 'ਚ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਅਤੇ ਵੀਡੀਓ ਜਿਹਨਾਂ ਨੇ ਦੇਖੀ ਹੈ ਜਿਹਨਾਂ ਨੂੰ ਚੰਗੀ ਲੱਗੀ ਆ ਸਾਰਿਆਂ ਨੇ ਆਪਣੇ ਆਪਣੇ ਵਟਸਐਪ 'ਤੇ ਜ਼ਰੂਰ ਸ਼ੇਅਰ ਕਰ ਦਿਓ। ਸੋ ਮਾਂ ਦਾ ਵਿਛੋੜਾ ਅਤੇ ਅਧੂਰਾ ਸਵਾਗ ਜਿਹੜੀਆਂ ਸਾਡੀਆਂ ਦੋਨੋਂ ਸੀਰੀਜ਼ ਨੇ ਇਹਨੂੰ ਤੁਸੀਂ ਬਹੁਤ ਸਾਰਾ ਪਿਆਰ ਦਿਓ, ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਮਿਲਾਂਗੇ ਅਗਲੇ ਵਲੋਗ ਦੇ ਵਿੱਚ। ਬਾਏ ਬਾਏ। ਯਾਰ ਵੰਡਦੇ ਸਹੀ ਟੋਫੀਆਂ ਜਾ ਕੇ। ਟੋਫੀਆਂ ਹੈ ਲਵਲੀ, ਕਿਹ ਟੋਫੀਆਂ ਦੋ ਦੋ ਹੀ ਮਿਲਣੀਆਂ ਵਾ, ਦੋ 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 ਪੁੱਛ ਲੈਣਾ ਕਿਹੜਾ ਕਿਹੜਾ ਫਲੇਵਰ ਚਾਹੀਦਾ ਵਾ। ਚੁੱਪ ਕਰਕੇ ਦੋ ਦੋ ਗਲਾਸ ਰੱਖ ਕੇ ਕੱਲ ਫੇਰ ਰੱਖ ਦੂੰਗੀ ਨਾ।
ਇਹਨੇ ਮੁੱਕਰ ਜੜਾ ਜੇ ਸੈਨ ਕਰਾਓ ਪਹਿਲਾਂ ਕਦੋਂ ਫੇਰ ਤੋਂ ਦੇ ਨਹੀਂ ਆ ਵਲੌਗ ਬਣ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸਾਰੇ ਠੀਕ ਠਾਕ ਜੀ? ਆਪਾਂ ਵੀ ਵਧੀਆ। ਤੇ ਗੱਲ ਇਦਾਂ ਆ ਜੀ ਕਿ ਨਵੀਂ ਵੀਡੀਓ ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ, ਤੇ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਨਵੀਂ ਵੀਡੀਓ ਕਿੱਦਾਂ ਦੀ ਲੱਗੀ ਆ, ਤੇ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਸਟੋਰੀ ਕਿਸ ਬਾਰੇ ਆ, ਤੇ ਇਸ ਕਰਕੇ ਸਟੋਰੀ ਵੀਡੀਓ ਬਣਾਉਣੀ ਜੋ ਉਹਦੇ ਵਿੱਚ ਚੀਜ਼ਾਂ ਸੀਗੀਆਂ ਉਹਨਾਂ ਤੋਂ ਇੰਸਪੀਰੇਸ਼ਨ ਲੈ ਕੇ ਕਿੱਦਾਂ ਕਿੱਦਾਂ ਅਸੀਂ ਵੀਡੀਓ ਬਣਾਈ, ਅਤੇ ਥੋੜ੍ਹਾ ਔਖਾ ਵੀ ਸੀਗਾ ਕੰਮ, ਬਟ ਫਿਰ ਵੀ ਅਸੀਂ ਉੱਦਾਂ ਵੀ ਕਿਸੇ ਦੀਆਂ ਇੰਸਪੀਰੇਸ਼ਨ ਨਾਲ ਸਟੋਰੀਜ਼ ਜਿਹੜੀਆਂ ਹੁੰਦੀਆਂ ਨੇ ਉਹ ਵੀ ਤਾਂ ਲਈ ਨਹੀਂ ਆ, ਅਤੇ ਚਲੋ ਅਸੀਂ ਸੋਚਿਆ ਕਿ ਕਦੀ ਵੀ ਟਰਾਈ ਕਰਦੇ ਹਾਂ, ਅਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ। ਦੂਜੇ ਨੰਬਰ 'ਤੇ ਇਹ ਜਿਹੜੀ ਵੀਡੀਓ ਅਧੂਰਾ ਸੋ ਆ ਗਿਆ ਉਹ ਵੀ ਅਸੀਂ ਅਪਲੋਡ ਕੀਤੀ ਅੱਜ, ਅੱਜ ਅਪਲੋਡ ਹੋਈ ਆ, ਅਤੇ ਸਾਰੇ ਜਣੇ ਦੇਖਿਓ ਜ਼ਰੂਰ ਅਤੇ ਸਾਨੂੰ ਦੱਸਿਓ ਕਿੱਦਾਂ ਦੀ ਲੱਗੀ ਆ। ਸਾਰੇ ਜਣੇ ਜਿਹੜੇ ਰੱਬ ਦੀ ਮਾਰ ਵੀਡੀਓ ਬਣਾ ਰਹੇ ਸੀਗੇ ਉਦੋਂ ਵੀ ਮਤਲਬ ਕਿ ਆਈ ਥਿੰਕ 33 ਤੋਂ 35 ਦੇ ਵਿਭਾਗ ਵਿੱਚ ਜਦੋਂ ਲਵਲੀ ਭਾਜੀ ਦਾ ਉਹ ਵਾਲਾ ਸੀਨ ਸੀਗਾ ਡੈਥ ਵਾਲਾ, ਤੇ ਉਦੋਂ ਵੀ ਸਾਰੇ ਜਣੇ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਸੀਗੇ, ਸਾਰੇ ਜਣੇ ਕਹਿੰਦੇ ਵੀ ਨਾ ਇਹ ਚੀਜ਼ ਮਤਲਬ ਤੁਸੀਂ ਦਿਖਾਇਓ, ਥੋੜੀ ਲੈ ਜਿਹੜੀ ਉਹ ਥੋੜੀ ਲਾਈਟ ਹਾਰਟਡ ਰੱਖਨੇ ਆ, ਤੇ ਜਿਹੜੀ ਬਹੁਤੀ ਸੀਰੀਅਸ ਮਤਲਬ ਸੀਰੀਅਸ ਵੈਸੇ ਹੋ ਹੀ ਜਾਂਦੀ ਆ, ਬਟ ਇੰਨੀ ਜ਼ਿਆਦਾ ਵੀ ਨਾ ਹੋਵੇ ਵੀ ਜਿਹੜੀ ਹੈ ਨਾ ਕੋਈ ਦੇਖੀ ਨਾ, ਸਾਡੇ ਜਿਹੜੇ ਲੇਡੀਜ਼ ਨੇ ਉਹਨਾਂ ਤੋਂ ਮਤਲਬ ਔਖਾ ਹੁੰਦਾ ਆ ਇਹ ਚੀਜ਼, ਅਸੀਂ ਆਪ ਵੀ ਜਦੋਂ ਵੀਡੀਓਜ਼ ਦੇਖਦੇ ਆ ਜਾਂ ਬਣਾਉਂਦੇ ਆ, ਜਦੋਂ ਮਨ ਈਵਨ ਕਿ ਅਸੀਂ ਹੁਣ ਬਣਾਉਂਦੇ ਵੀ ਆ ਨਾ ਤੇ ਸਾਨੂੰ ਆਪ ਦੇਖਣ 'ਚ ਬੜਾ ਲੱਗਦਾ ਕਰਦੇ ਆ, ਤੇ ਬੜੇ ਇਮੋਸ਼ਨਲ ਹੋ ਜਾਂਦੇ ਆ ਸੀਨ ਕਰਦੇ ਕਰਦੇ, ਤੇ ਮਤਲਬ ਅੱਗੇ ਮਤਲਬ ਇਮੋਸ਼ਨਲ ਕਰਨ ਵਾਸਤੇ ਬੰਦੇ ਨੂੰ ਨਾ ਸਾਨੂੰ ਪਿਆਜ਼ ਦੀ ਲੋੜ ਪੈਂਦੀ ਹੁਣ ਨਹੀਂ, ਮਤਲਬ ਇਹਦੇ ਵਿੱਚ ਨਹੀਂ ਲੋੜ ਪੈਂਦੀ, ਮਤਲਬ ਉਦਾਂ ਵੀ ਸਟੋਰੀ ਬਹੁਤ ਜ਼ਿਆਦਾ ਇਮੋਸ਼ਨਲ ਆ, ਬਹੁਤ ਜ਼ਿਆਦਾ, ਸਾਰੇ ਜਣੇ ਬਹੁਤ ਬਹੁਤ ਸਾਰਾ ਪਿਆਰ ਦਿਓ ਤਾਂ ਜੋ ਅੱਗੇ ਵੀ ਜਿਹੜੀਆਂ ਨਿੱਕੀਆਂ ਮੋਟੀਆਂ ਸਾਡੇ ਤੋਂ ਗਲਤੀਆਂ ਰਹਿ ਜਾਂਦੀਆਂ ਨੇ ਜਾਂ ਹੋ ਜਾਂਦੀਆਂ ਨੇ ਸਾਨੂੰ ਉਹਨਾਂ ਬਾਰੇ ਦੱਸਦੇ ਰਿਹਾ ਕਰੋ ਤਾਂ ਜੋ ਹਨਾ ਅਸੀਂ। ਤੇ ਇੱਕ ਗੱਲ ਹੋਰ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਸਟੋਰੀ ਜਿਹੜੀ ਆ ਅਨਮੋਲ ਤੋਂ ਇੰਸਪਾਇਰਡ ਆ, ਅਤੇ ਇਸ ਕਰਕੇ ਇਹਦੇ ਵਿੱਚ ਅੱਗੇ ਅੱਗੇ ਜਿਹੜੀਆਂ ਚੀਜ਼ਾਂ ਆਉਣੀਆਂ ਨੇ ਫਿਰ ਕਿੱਦਾਂ ਮਤਲਬ ਸਾਰਾ ਕੁਝ ਜੋ ਵੀ ਅੱਗੇ ਉਹਦੇ ਨਾਲ ਹੋਇਆ ਆ, ਮਤਲਬ ਸਾਨੂੰ ਕਾਫੀ ਸਾਰੇ ਕਮੈਂਟ ਪਹਿਲੇ ਆਉਂਦੇ ਸੀ ਕਿ ਤੁਸੀਂ ਅਨਮੋਲ ਦੇ ਕੀ ਲੱਗਦੇ ਹੋ, ਉਹ ਤੁਹਾਨੂੰ ਮੰਮੀ ਪਾਪਾ ਕਿਉਂ ਕਹਿੰਦਾ ਆ, ਉਹਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ, ਕਿਵੇਂ ਐਂਡ ਤੱਕ ਜਾਂਦੀ ਹੈ, ਉਹ ਕਿਵੇਂ ਰਹਿੰਦਾ ਆ, ਹੈ ਨਾ ਇਹ ਸਾਰੀਆਂ ਚੀਜ਼ਾਂ ਮਤਲਬ ਕਾਫੀ ਸਾਰੇ ਕਨਫਿਊਜ਼ ਸੀਗੇ ਵੀ ਕਿੱਦਾਂ ਹੈ ਨਾ ਤੁਸੀਂ ਦੱਸਦੇ ਕਿਉਂ ਨਹੀਂ ਹੋ ਕਰਕੇ, ਜਿਹੜੀਆਂ ਨਿੱਕੇ ਨਿੱਕੇ ਸਵਾਲ ਸੀ ਉਹ ਫਿਰ ਸਾਨੂੰ ਵੀ ਚੰਗਾ ਨਹੀਂ ਲੱਗਦਾ ਜੇ ਸਾਡੇ ਤੋਂ ਰਿਪਲਾਈ ਨਹੀਂ ਹੁੰਦਾ, ਸੋ ਫਿਰ ਅਸੀਂ ਸਲਾਹ ਕੀਤੀ ਵੀ ਇੱਕ ਸਟੋਰੀ ਹੈ ਨਾ ਨਿੱਕੀ ਜਿਹੀ ਕੋਸ਼ਿਸ਼ ਕਰੀਏ ਤਾਂ ਜੋ ਮਤਲਬ ਸਾਰਿਆਂ ਦੇ ਕੁਐਸਚਨ ਜਿਹੜੇ ਆ ਉਹ ਹੱਲ ਹੋ ਜਾਣ, ਅਤੇ ਸਾਰਿਆਂ ਨੂੰ ਉਦੋਂ ਅਸੀਂ ਵੀਡੀਓ ਜਦੋਂ ਬਣਾਉਂਦੇ ਹਾਂ ਤੇ ਉਦੋਂ ਮਤਲਬ ਥੋੜ੍ਹਾ ਬਹੁਤ ਵਧੀਆ ਉੱਥੇ ਮਾਹੌਲ ਹੁੰਦਾ ਵਾ ਕਿ ਬੜਾ ਬੜਾ ਫਨੀ ਜਿਹਾ, ਜਿੱਦਾਂ ਲਵਲੀ ਭਾਜੀ ਟਾਫੀਆਂ ਲੈ ਕੇ ਆਏ ਸੀਗੇ ਉਹ ਅਸੀਂ ਲਾਸਟ 'ਤੇ ਲਾ ਦਾਂਗੇ, ਅਤੇ ਉਹ ਵੀ ਤੁਸੀਂ ਦੇਖਿਓ, ਅਤੇ ਮਤਲਬ ਉਦੋਂ ਮਾਹੌਲ ਬੜਾ ਵਧੀਆ ਹੁੰਦਾ ਵਾ, ਬਟ ਜੋ ਚੀਜ਼ ਅਸੀਂ ਬਣਾਉਣੀ ਚਾਹੁੰਦੇ ਹਾਂ ਅਤੇ ਮਤਲਬ ਜਿੱਦਾਂ ਹੁਣ ਅਸੀਂ ਮੰਨ ਲਓ ਕੋਈ ਅਗਰ ਕੋਈ ਮਾੜਾ ਸੀਨ ਕਰਦਾ ਵਾ ਅਤੇ ਸਾਨੂੰ ਉਹਨੂੰ ਵੇਖ ਵੇਖ ਕੇ ਗੁੱਸਾ ਆਉਂਦਾ ਵਾ, ਅਗਰ ਕੋਈ ਇਮੋਸ਼ਨਲ ਹੁੰਦਾ ਤਾਂ ਸਾਨੂੰ ਮਤਲਬ ਮਨ ਦੁਖੀ ਹੁੰਦਾ ਵਾ, ਅਤੇ ਇਹੋ ਹੀ ਐਕਚੁਅਲੀ ਅਸਲ ਦੇ ਵਿੱਚ ਇਹੋ ਹੀ ਐਕਟ ਵਾ ਸਾਡਾ ਜਿਹੜਾ ਅਸੀਂ ਕਰਦੇ ਹਾਂ ਅਤੇ ਜਿਹੜਾ ਤੁਹਾਨੂੰ ਪਸੰਦ ਆਉਂਦਾ। ਸਵਾਲ ਇਹ ਆਇਆ ਸੀ ਵੀ ਜਿਹੜੇ ਰੋਲ ਕਰ ਰਹੇ ਨੇ ਅਨਮੋਲ ਦੀ ਮਦਰ ਦਾ, ਉਹ ਅਨਮੋਲ ਦੇ ਮਾਸੀ ਜੀ ਨੇ? ਨਹੀਂ ਜੀ, ਉਹ ਮਾਸੀ ਜੀ ਨਹੀਂ ਅਨਮੋਲ ਦੇ, ਉਹ ਵੈਸੇ ਹੀ ਉਹਨਾਂ ਨੇ ਤੁਹਾਡੀ ਇੰਟਰੋਡਕਸ਼ਨ ਕਰਾਵਾਂਗੇ, ਥੋੜ੍ਹੇ ਕੁ ਦਿਨਾਂ ਤੱਕ ਜੇ ਥੋੜ੍ਹਾ ਜਿਹਾ ਚੱਕਦੇ ਨੇ ਇਕੱਲੇ ਬੋਲਣ ਤੋਂ, ਫਿਰ ਥੋੜ੍ਹੇ ਕੁ ਦਿਨਾਂ ਤੱਕ ਤੁਹਾਨੂੰ ਸਾਰਿਆਂ ਨੂੰ ਉਹਨਾਂ ਨਾਲ ਵੀ ਮਿਲਾਵਾਂਗੇ, ਬਟ ਇਹ ਆ ਵੀ ਉਹ ਥੋੜ੍ਹਾ ਮੇਰੇ ਨਾਲ ਵੀ ਰਲਦਾ ਵਾ ਅਤੇ ਥੋੜ੍ਹਾ ਉਹਨਾਂ ਨਾਲ ਵੀ ਰਲਦਾ ਵਾ, ਰਲਿਆ ਮਿਲਿਆ ਜਿਹਾ ਹੋਣਾ। ਅਤੇ ਠੀਕ ਆ ਜੀ, ਬਸ ਇੰਨੀਆਂ ਗੱਲਾਂ ਦੇ ਨਾਲ ਹੀ ਮਿਲਾਂਗੇ ਹੁਣ ਤੁਹਾਨੂੰ ਅਗਲੇ ਵਲੋਗ 'ਚ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਅਤੇ ਵੀਡੀਓ ਜਿਹਨਾਂ ਨੇ ਦੇਖੀ ਹੈ ਜਿਹਨਾਂ ਨੂੰ ਚੰਗੀ ਲੱਗੀ ਆ ਸਾਰੇ ਜਣੇ ਆਪਣੇ ਆਪਣੇ ਵਟਸਐਪ 'ਤੇ ਜ਼ਰੂਰ ਸ਼ੇਅਰ ਕਰ ਦਿਓ। ਸੋ ਮਾਂ ਦਾ ਵਿਛੋੜਾ ਅਤੇ ਅਧੂਰਾ ਸਵਾਗ ਜਿਹੜੀਆਂ ਸਾਡੀਆਂ ਦੋਨੋਂ ਸੀਰੀਜ਼ ਨੇ, ਇਹਨੂੰ ਤੁਸੀਂ ਬਹੁਤ ਸਾਰਾ ਪਿਆਰ ਦਿਓ, ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਮਿਲਾਂਗੇ ਅਗਲੇ ਵਲੋਗ ਦੇ ਵਿੱਚ, ਬਾਏ ਬਾਏ। ਯਾਰ ਵੰਡਦੇ ਸਹੀ ਟੋਫੀਆਂ ਜਾ ਕੇ। ਟੋਫੀਆਂ ਹੈ ਲਵਲੀ, ਕਹਿ ਟਾਫੀਆਂ ਦੋ ਦੋ ਹੀ ਮਿਲਣੀਆਂ ਵਾ, ਦੋ ਦੋ। ਪੁੱਛ ਲੈਣਾ ਕਿਹੜਾ ਕਿਹੜਾ ਫਲੇਵਰ ਚਾਹੀਦਾ ਵਾ। ਕਹਿੰਦਾ ਚੱਲ ਤੁਹਾਡਾ ਤਾਂ ਡੱਬਾ।
इन्हें मुकर जड़ा जे हाँ, पर देखो इंडिया में तो डब्बा भी नहीं है।